ਉੱਤਰ ਪ੍ਰਦੇਸ਼ ਦੇ ਮੇਓ 'ਚ ਸਿਲੰਡਰ ਫਟਣ ਨਾਲ 2 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਇਸ ਹਾਦਸੇ 'ਚ ਕਰੀਬ 12 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਕਰੀਬ 15 ਲੋਕ ਜ਼ਖਮੀ ਹੋਏ ਨੇ। ਇਮਾਰਤ ਦੇ ਮਲਬੇ 'ਚ 1 ਦਰਜਨ ਤੋਂ ਵੱਧ ਲੋਕਾਂ ਦੇ ਦਬੇ ਹੋਣ ਦਾ ਖਾਦਸਾ ਜਤਾਇਆ ਜਾ ਰਿਹਾ। ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਅਨੁਸਾਰ ਮੇਓ ਦੇ ਮੁਹੰਮਦਾਬਾਦ ਕੁਤਾਬਲੀ ਖੇਤਰ ਦੇ ਵਲੀਦਪੁਰ ਇਲਾਕੇ 'ਚ 1 ਕੈਚ ਸਿਲੰਡਰ ਫਟਣ ਨਾਲ ਇਹ ਵੱਡਾ ਹਾਦਸਾ ਹੋਇਆ। ਬਲਾਸਟ ਕਾਰਨ 2 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਇਹ ਸਭ ਕੁਝ ਇੰਨੀ ਜਲਦੀ ਹੋਇਆ ਕਿ ਇਮਾਰਤ 'ਚ ਰਹਿ ਰਹੇ ਲੋਕਾਂ ਨੂੰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ। आपका नाम? लक्ष्मण। कैसे घटना हुई है? घटना साहब, जब हम पहुंचे वहाँ, हम गए थे लड़का के अपने बचाने के लिए, तो वहाँ जो सिलेंडर जो फट गया था, और उसके बाद देखने में मकान में उठा गया जो है कि वहाँ जनता जो है 25-30 लोग घायल हो गए और 7 लोग जो है मर चुके हैं। मानता हुआ एक यहाँ मरी है। मतलब बचाव वाले ज्यादा मरे हैं मकान गिरने से? बचाव